ਕਿਵੇਂ ਬਾਹਰ ਆ ਗਿਆ ਤੈਨੂੰ ਸੁਣਦਾ ਨਹੀਂ ਚੁੱਪ ਬੋਲਦਾ ਨਹੀਂ ਮੈਂ ਕਿਵੇਂ ਬੋਲਾਂ ਜੀ ਮੈਂ ਕਿਵੇਂ ਬੋਲਾਂ ਜੀ ਮੇਰਾ ਬਾਪੂ ਮਹੀਨੇ ਦਾ ਬਿਮਾਰ ਪਿਆ ਅੱਜ ਉੱਠਿਆ ਤੇ ਅੱਜ ਹੀ ਕੰਮ ਤੇ ਗਿਆ ਜੇ ਅੱਜ ਵੀ ਪੈ ਗਿਆ ਠੇਕੇਦਾਰ ਨੇ ਉਸਨੂੰ ਦਿਹਾੜੀ ਤੋਂ ਹਟਾ ਦੇਣਾ ਤੇ ਫਿਰ ਸਾਡੇ ਘਰੇ ਰੋਟੀ ਨੀ ਪੱਕਣੀ ਪਰ ਜੇ ਤੁਸੀਂ ਲੋਕ ਚਾਹੁੰਦੇ ਹੋ ਵੀ ਅਸੀਂ ਐਂ ਭੁੱਖੇ ਮਰ ਜਾਈਏ ਤਾਂ ਮੈਂ ਬੋਲਾਂਗਾ ਤਾਂ ਮੈਂ ਬੋਲਦਾ ਕਾਲੀ ਅੱਟਾ ਕਾਲੇ ਰੋਡ ਮੀਂਹ ਵਰਸਾ ਦੇ ਜੋਰੋ ਜੋਰ ਰੱਬਾ ਰੱਬਾ ਮੀਂਹ ਵਰਸਾ ਸਾਡੀ ਕੋਟੀ ਦਾਣੇ ਪਾ ਕਾਲੀ ਅੱਟਾ ਕਾਲੇ ਰੋਡ ਮੀਂਹ ਵਰਸਾ ਦੇ ਜੋਰੋ ਜੋਰ ਰੱਬਾ ਰੱਬਾ ਮੀਂਹ ਵਰਸਾ ਸਾਡੀ ਕੋਟੀ ਦਾਣੇ ਪਾ ਕਾਲੀ ਅੱਟਾ ਕਾਲੇ ਰੋਡ ਤੁਸੀਂ ਬੋਲੋ ਰੱਬਾ ਰੱਬਾ ਮੀਂਹ ਵਰਸਾ ਸਾਡੀ ਕੋਟੀ ਦਾਣੇ ਪਾ ਕਾਲੀ ਅੱਟਾ ਕਾਲੇ ਰੋਡ ਮੀਂਹ ਵਰਸਾ ਦੇ ਜੋਰੋ ਜੋਰ ਤੁਸੀਂ ਬੋਲੋ ਰੱਬਾ ਰੱਬਾ ਮੀਂਹ ਵਰਸਾ ਸਾਡੀ ਕੋਟੀ ਦਾਣੇ ਪਾ ਰੱਬਾ ਰੱਬਾ